ਸਰ ਨਾ ਜਾਂ ਤਾਂ ਫਿਰ ਗੱਡੀ ਦੇ ਦੇ ਨਾ ਮੈਂ ਡਾਕਟਰ ਨੂੰ ਵੀ ਮਿਲ ਲਾਂਗਾ ਤੇ ਤੂੰ ਵੀ ਚੱਲ ਨਾਲੇ ਚਲੋ ਹੁਣ ਜਿੰਦੇ ਆਪਾਂ ਫਿਰ ਮਿਲਵਾਂਗੇ ਡਾਕਟਰ ਨੂੰ ਚਲੋ ਠੀਕ ਹੈ ਜੇ ਇਹ ਗੱਲ ਹੈ ਨਾ ਜਿੱਥੇ ਗੱਡੀ ਲੱਗੀ ਹੈ ਨਾ ਲੱਗੀ ਰਹੇਗੀ ਜੇ ਕਿਤੇ ਜਾਣਾ ਹੋਵੇ ਕਰੇਗਾ ਨਾ ਕਰੀ ਆਪਣੇ ਪਿਛਲੇ ਫੋਨ ਵੀ ਆ ਕੇ ਮੈਨੂੰ ਲੈ ਜਾਓ ਤੇ ਕਰ ਲਾਂਗੇ ਹੁਣ ਨਾ ਤੁਸੀਂ ਬਹੁਤ ਆਸਾਨ ਕਰ ਦਿਓ ਤੇ ਕਰਦੀ ਨਾ ਚਾਬੀ ਆਪਣੇ ਕਬਜ਼ੇ ਵਿੱਚ ਕਰਨਾ ਮੂੰਹ ਚੁੱਕ ਕੇ ਤੇ ਲੈ ਜਾਂਦਾ ਵਾ ਉੱਥੋਂ ਯਾ ਨਾ ਹੋ ਕੇ ਨਾ ਕਰਦੀ ਮੇਰਾ ਮੈਂ ਤਾਂ ਮੁੱਤ ਹੋ ਕੇ ਵੇ ਕਿਦਾਂ ਦਾ ਮੇਰੀ ਗੱਲ ਸੁਣੋ ਉਹ ਸਿਆਣੇ ਬਣਾ ਪਰੌਣੇ ਦੇ ਘਰੋਂ ਨਿਕਲੇ ਆ ਤੁਸੀਂ ਰੋਲੀ ਪਾਤੀ ਇਧਰੋਂ ਕੀ ਗੱਲ ਹੋਈ ਆ ਗੱਲ ਕੀ ਨਹੀਂ ਡੈਡੀ ਹਾਂ ਮੋਟਰਸਾਈਕਲ ਹੁਣ ਇੱਥੇ ਖਲੋ ਕਿਉਂ ਮੇਰੀ ਮਰਜ਼ੀ ਮੈਂ ਜਿੱਥੇ ਮਰਜ਼ੀ ਜਾਵਾਂ ਕੋ ਮੇਰੇ ਪੱਲੇ ਵੀ ਪਾਓ ਯਾਰ ਕੀ ਗੱਲ ਹੋਈ ਆ ਮੰਮੀ ਚਾਹ ਲੈ ਆਉਂਦਾ ਨਵਾਤੇ ਸਿਰ ਤੋਂ ਪਾਣੀ ਲੰਘ ਗਿਆ ਪੁੱਤ ਹੁਣ ਚੱਲ ਕੋਈ ਗੱਲ ਨੀ ਫਿਰ ਕੋਈ ਕਲੇਸ਼ ਪਊਗਾ ਤੁਸੀਂ ਰਹਿਣ ਤੋਂ ਨਾ ਦੱਸੋ ਹਨਾ ਪਤਾ ਤੇ ਹੈਗਾ ਵੀ ਇਹਨੇ ਵੀ ਕਿੱਦਾਂ ਬੋਲਣਾ ਮੰਮੀ ਨੇ ਕਲੇਸ਼ ਵੱਲ ਵੇਂਦੀ ਰਹੀ ਤੇ ਤੇਰੀ ਜ਼ਿੰਦਗੀ ਆ ਇਹਦੀ ਇਹਦਾ ਕਿੱਦਾਂ ਸਾਰਨਾ ਮੈਂ ਸਾਰੀ ਉਮਰ ਕਿੱਦਾਂ ਕੱਢਾਂਗੀ ਕੋਈ ਗੱਲ ਨੀ ਮੰਮੀ ਜਿੰਨਾ ਕੁ ਜਾਂਦੀ ਹੁੰਦੀ ਹੈ ਏਦਾਂ ਨੀ ਕਰੀਦਾ ਤੇ ਉਹ ਮੈਂ ਰੋਟੀ ਲੈ ਕੇ ਆਉਂਦੀ ਤੁਹਾਡੇ ਵਾਸਤੇ ਰਹਿਣ ਦੇ ਮੈਂ ਨੀ ਰੋਟੀ ਖਾਣੀ ਮੈਨੂੰ ਕਿਤੇ ਰੋਟੀ ਲੰਘਣ ਡਈ ਹੈ ਤੂੰ ਮੈਨੂੰ ਫੋਨ ਫੜਾ ਮੈਂ ਤੇਰੇ ਡੈਡੀ ਨਾਲ ਗੱਲ ਕਰਾਂ ਮੰਮੀ ਹੈਲੋ ਕੀ ਕਰਦੇ ਜੀ ਆਉਣਾ ਕੀ ਹੈ ਮੇਰੇ ਕੋਲ ਆਇਆ ਹੀ ਨਹੀਂ ਗਿਆ ਸਕੂਲ ਤੇ ਹੁਣ ਮੈਂ ਅੱਜ ਆਉਣਾ ਨਹੀਂ ਤੇ ਮੈਂ ਚੱਲ ਤੁਹਾਨੂੰ ਕਹਿੰਦੀ ਹਾਂ ਤਾਂ ਆਣ ਕੇ ਹੀ ਲੈ ਜਾਓ ਚੱਲ ਕੋਈ ਗੱਲ ਨਹੀਂ ਫਿਰ ਨਾ ਤਾਂ ਸ਼ਨੀ ਨੂੰ ਕਹਿੰਦੀ ਆਪੇ ਛੱਡ ਜਾਂਦਾ ਇੱਥੇ ਆਣ ਕੇ ਦੱਸਾਂਗੀ ਜੋ ਵੀ ਹੋਇਆ ਹੁਣ ਇੱਥੇ ਤੁਹਾਨੂੰ ਕੀ ਦੱਸਾਂ ਸੁੱਖ ਹੁੰਦੀ ਭਲਾ ਇੱਥੇ ਰਾਤ ਰਹਿੰਦੀ ਹੁਣ ਇੱਥੇ ਹੁਣ ਕੀ ਦੱਸਾਂ ਕੰਧਾਂ ਨੂੰ ਵੀ ਕੰਨ ਉਹਨੇ ਡੈਨ ਨੇ ਸੁਣ ਲਿਆ ਨਾ ਤੇ ਫਿਰ ਕਲੇਸ਼ ਪੈ ਜੂਗਾ ਬਥੇਰਾ ਕੁਛ ਕੀਤਾ ਇਹਨੇ ਵੀ ਚੱਲ ਕੋਈ ਨੀ ਮੈਂ ਉਹਨੂੰ ਪਿੰਡ ਨੀ ਗਾ ਲਿਆਉਣਾ ਮੈਂ ਨਾ ਬੱਸੇ ਚਾੜਿਆ ਚਲੋ ਠੀਕ ਆ ਫਿਰ ਚੰਗਾ ਚੰਗਾ ਵੇਖ ਲਾ ਸਮਝਣ ਵਾਲਾ ਜਿਹੜਾ ਸਮਝ ਗਿਆ ਨਾ ਉਹਨੇ ਉੱਥੇ ਬੈਠਿਆਂ ਹਿਸਾਬ ਲਾ ਲਿਆ ਤੇਰੀ ਆਵਾਜ਼ ਤੋਂ ਪਤਾ ਲੱਗਣ ਡਿਆ ਵੀ ਕੀ ਗੱਲ ਨਾ ਦੱਸਦੇ ਵੀ ਚੱਲ ਕੋਈ ਗੱਲ ਖੋਈ ਹੈ ਹਜੇ ਤਾਂ ਮੈਂ ਬਥੇਰੇ ਪਰਦੇ ਪਾਉਣੀ ਹੈ ਪੁੱਤ ਕਿੰਨਾ ਕੁ ਚਿਰ ਪਾਵਾਂ ਪਰਦਿਆਂ ਨੇ ਤਾਂ ਇੱਥੋਂ ਤੱਕ ਕੰਮ ਲੈਣ ਤਾ ਡੈਡੀ ਵੀ ਫਿਰ ਗੁੱਸੇ ਖੋਰ ਹੈਗੇ ਆ ਫਿਰ ਡੈਡੀ ਵੀ ਹੋਣਾ ਕਰਨਗੇ ਕੋਈ ਗੱਲ ਹੁਣ ਇਹਨਾਂ ਵੱਲ ਵੇਂਦੀ ਰਵਾਂ ਤੇ ਫਿਰ ਬਸ ਠੀਕ ਆ ਤੇ ਸਾਰੀ ਜ਼ਿੰਦਗੀ ਇੱਦਾਂ ਹੀ ਕੱਢ ਲਈ ਜੁੱਤੀਆਂ 'ਚ ਪਤਾ ਤਾਂ ਤੈਨੂੰ ਹੈਗਾ ਵਾ ਇਹ ਸੁਧਰਨ ਵਾਲੇ ਹੈਗੇ ਨੇ ਇੱਕ ਨਹੀਂ ਮਾਂ ਇੱਥੇ ਤਾਂ ਤਿੰਨ ਡੈਣਾ ਨੇ ਚੱਲ ਉਹ ਤਾਂ ਇੱਦਾਂ ਦੇ ਹੈਗੇ ਆ ਤੁਸੀਂ ਨਾ ਕਰੋ ਇੱਦਾਂ ਉਹਨਾਂ ਦੇ ਦਿਮਾਗ 'ਚ ਤਾਂ ਹੈਗਾ ਹੈਗਾ ਹੀ ਆ ਚੱਲ ਮੈਨੂੰ ਹੁਣ ਤੂੰ ਸ਼ਨੀ ਨੂੰ ਕਹਿ ਵੀ ਗਾਂ ਬੱਸੇ ਚਾੜਿਆ ਸੀ ਜਾ ਕੇ ਕੋਈ ਨਹੀਂ ਮੈਂ ਕਹਿ ਦਿੰਦੀ ਹਾਂ ਜਾਂ ਮਿੱਟੀ ਉੱਠ ਰੋਟੀ ਖਾ ਲੈਂਦੇ ਸਭ ਤੋਂ ਫਿਰ ਚੱਲ ਜਾਂਦੇ ਰੋਟੀ ਨਹੀਂ ਖਾਣੀ ਡੈਡੀ ਤੇਰਾ ਘਰ ਨਹੀਂ ਮਾਲ ਡੰਗਰ ਬੱਜਾ ਹੋਣਾ ਪਾਣੀ ਧਾਣੀ ਵੀ ਡਾਉਣ ਵਾਲਾ ਚੱਲ ਕੋਈ ਨਹੀਂ ਮੈਂ ਕਿਹਾ ਮੈਂ ਧੀ ਉਹਨੂੰ ਘਰ ਹੁਣ ਕਿਹਾ ਮੈਨੂੰ ਛੱਡਿਆ ਉੱਥੋਂ ਬੱਸੇ ਚਾੜ ਉਹਦਾ ਅੱਗੇ ਮੈਂ ਚੱਲ ਜਾਂਦੀ ਇੱਥੇ ਮੇਰੀ ਬੜੀ ਜਾਨ ਸੌਖੀ ਹੈ ਸਨੀ ਵੇਲੇ ਜੇ ਆਹੋ ਕਿਉਂ ਕੰਮ ਹੀ ਥੋੜਾ ਜਿਹਾ ਯਾ ਉਹ ਮੰਮੀ ਨੂੰ ਛੱਡ ਆਇਆ ਹੁਣ ਜਾਇਆ ਬੱਸੇ ਕਿਉਂ ਮੰਮੀ ਨੇ ਰਹਿਣਾ ਨਹੀਂ ਆ ਨਹੀਂ ਨਹੀਂ ਕਹਿੰਦੇ ਬੱਸੇ ਚੜਾ ਲਓ ਮੈਨੂੰ ਲੈ ਅਨਗਰ ਰਹਿ ਪੈਂਦੇ ਹੁਣ ਦੋ ਦਿਨ ਹੁਣ ਤੁਹਾਨੂੰ ਪਤਾ ਤੇ ਹੈਗਾ ਕੱਲ ਕੀ ਕੁਖ ਹੋਇਆ ਵਾ
ਤੇ ਹੁਣ ਕਹਿੰਦੇ ਮੈਂ ਨਹੀਂ ਰਹਿਣਾ ਤੇ ਮੈਨੂੰ ਬੱਸੇ ਚੜਾਇਆ ਰੋਟੀ ਖਾਣੀ ਆ ਰੋਟੀ ਕਿੱਥੇ ਖਾਣੀ ਆ ਨੇ ਸਾਨੀ ਕਹਿੰਦੀ ਮੈਂ ਨਹੀਂ ਖਾਣੀ ਯਾਰ ਤੇਰਾ ਦਿਮਾਗ ਖਰਾਬ ਇਦਾਂ ਜਾਂਦੇ ਨਾ ਜੀ ਰੋਟੀ ਤੇ ਖਵਾ ਦੇ ਉਹਨਾਂ ਨੂੰ ਤੇ ਤੁਹਾਨੂੰ ਕੀ ਲੱਗਦਾ ਮੈਂ ਪੁੱਛਿਆ ਨਹੀਂ ਅਜਿਹਾ ਕਿਹਾ ਨਹੀਂ ਉਹਨਾਂ ਨੂੰ ਹਾਂ ਉਹ ਕਹਿੰਦੇ ਮੈਂ ਰੋਟੀ ਨਹੀਂ ਖਾਣੀ ਚਾਹ ਵੀ ਨਹੀਂ ਪੀਣੀ ਤੇ ਮੈਨੂੰ ਬਸ ਬੱਸੇ ਚੜਾਓ ਜੀ ਯਾਰ ਇਹਨਾਂ ਦੇਖ ਨਾ ਮੰਮੀ ਦਾ ਸਾਰਾ ਕਸੂਰ ਆ ਜੇ ਆਈ ਸੀ ਵਿਚਾਰੀ ਤੂੰ ਦੋ ਦਿਨ ਰਹਿ ਪੈਂਦੀ ਤੇ ਚੱਲ ਕੋਈ ਨਹੀਂ ਤੂੰ ਜਾ ਮੰਮੀ ਨੂੰ ਤਾਂ ਕੱਪੜੇ ਪਾ ਲਈ ਉਹ ਪਾਈ ਆ ਕੱਪੜੇ ਹੁਣ ਸੂਰਤ ਨੇ ਉਹ ਲੈਂਦਾ ਸੀਗਾ ਤੇ ਤਿਆਰ ਹੀ ਆ ਤੇ ਤੁਸੀਂ ਛੱਡ ਆਓ ਚੱਲ ਮੈਂ ਆ ਗਿਆ ਚੱਲ रोटी भी नहीं रोटी भी भुख नहीं लगी है नाले हुण वेख पुत कल तेरे सामने किन्ना खुश होया मेरी तो हुण धी आ छड्ड के जाण नूं ते नहीं जी करदा ਪਰ ਕੀ ਕਰਾਂ ਹੁਣ ਕੰਮ ਹੀ ਰੱਬ ਨੇ ਇਹੋ ਜਿਹੇ ਕੀਤੇ ਘਰ ਜਿਹੜੇ ਖਿੱਚ ਮਾਰਦੇ ਨੇ ਆਪਣੀ ਤੇ ਹੁਣ ਇਹ ਆ ਵੀ ਮੈਂ ਡੈਡੀ ਤੇਰੇ ਨੂੰ ਦੋਵਾਂ ਤਿੰਨਾਂ ਦਿਨਾਂ ਤੱਕ ਘੱਲੂਗੀ ਤੇ ਆਪਣੀ ਮਾਂ ਲਾਗੇ ਨਾ ਨਾ ਲਈ ਜੇ ਉਹਦੇ ਲਾਗੇ ਨਾ ਲਿਆ ਉਹਨੇ ਫਿਰ ਨਹੀਂ ਇਹਨੂੰ ਨਾਲ ਜਾਣ ਦੇਣਾ ਤੇ ਜੇ ਡੈਡੀ ਤੇਰਾ ਆਊਗਾ ਤੇ ਇਹਨੂੰ ਨਾਲ ਘੱਲ ਦੀ ਦੱਸ ਦੇ ਫਿਰ ਤੋਂ ਰਹੂਗੀ ਕੋਈ ਨਹੀਂ ਮੈਂ ਪੜਾ ਦੂੰਗਾ ਨਾਲ ਕੋਈ ਗੱਲ ਨਹੀਂ ਤੇ ਠੀਕ ਆ ਮੈਂ ਨਹੀਂ ਕਰਦਾ ਉਹਦਾ ਘਰ ਗੱਲ ਫਿਰ ਕਬਾਤੀ ਕਰਨ ਦੇਣਾ ਨੀ ਵੇਖ ਲਾ ਕਿੰਨਾ ਕੁਛ ਕੀਤਾ ਵਾ ਜੀਤ ਨਹੀਂ ਸੀ ਕਰਦਾ ਮੇਰਾ ਬੋਲਣ ਨੂੰ ਪਰ ਮੈਂ ਵੀ ਪੁੱਤ ਫਿਰ ਮਜਬੂਰ ਸੀ ਮੇਰੀ ਵੀ ਧੀ ਨਹੀਂ ਉਹਦੇ ਹੁਣ ਮੰਮੀ ਜੀ ਇਹਨਾਂ ਦਾ ਦਿਮਾਗ ਹੀ ਖਰਾਬ ਆ ਹੁਣ ਮੈਂ ਦੱਸੋ ਕੀ ਕਰਾਂ ਮੈਂ ਤਾਂ ਸਰਦੀ ਨੂੰ ਪਤਾ ਹੀ ਆ ਵੀ ਮੈਂ ਸਭ ਇਹਦੇ ਕਰਕੇ ਕਿਤੇ ਜਾਂਦਾ ਹੀ ਨਹੀਂ ਗਾ ਬਾਹਰ ਮੈਂ ਤਾਂ ਰਹਿੰਦਾ ਹੀ ਘਰ ਵਾਂ ਚੱਲ ਕੋਈ ਨਹੀਂ ਤੂੰ ਮੈਨੂੰ ਬੱਸੇ ਚਾੜਨਾ ਹੋਰ ਪਰੇ ਹੋਰ ਪੁੱਤ ਬਸ ਹੀ ਮਿਲਦੀ ਮਿਲਦੀ ਕਹਿੰਦੀ ਵੀ ਇੱਕ ਦੀ ਲੰਘ ਜੇ ਤੂੰ ਮੁੜਕੇ ਮਿਲਦੀ ਹੀ ਨਹੀਂ ਗੀ ਚੱਲ ਕੋਈ ਨਹੀਂ ਆ ਮਿਲ ਜਾਣੀ ਆ ਜੋ ਮੋਟਰਸਾਈਕਲ ਕੋਈ ਨਹੀਂ ਤੂੰ ਛੱਡ ਆ ਗੱਡੀ ਤੇ ਫਿਰ ਕੀ ਹੈ ਚੱਲ ਕੋਈ ਨਹੀਂ ਵੇਖ ਲੈਣਾ ਫਿਰ ਜਦੋਂ ਚੀਜ਼ ਆ ਗਈ ਘਰ ਤੇ ਫਿਰ ਸਰਨ ਜਾਂ ਤਾਂ ਫਿਰ ਗੱਡੀ ਦੇ ਦੇ ਇਦਾਂ ਕਰ ਡਾਕਟਰ ਨੂੰ ਵੀ ਮਿਲ ਲਾਂਗਾ ਤੇ ਤੂੰ ਵੀ ਚੱਲ ਨਾਲ ਹੀ ਚਲੋ ਹੁਣ ਦੇ ਉੱਤੇ ਆਪਾਂ ਫਿਰ ਮਿਲ ਲਾਂਗੇ ਡਾਕਟਰ ਨੂੰ ਚਲੋ ਠੀਕ ਹੈ ਮੁੱਛਾ ਚੀਜ਼ਾਂ ਵਰਤਣ ਲਈ ਆ ਅੱਛਾ ਚੀਜ਼ਾਂ ਵਰਤਣ ਲਈ ਆ ਪਰ ਭੁੱਖੇ ਨੰਗਿਆ ਲਈ ਦੀਆਂ ਠੀਕ ਆ ਨਾ ਮੰਮੀ ਢਿੱਡਾਂ ਨੂੰ ਕਹੀ ਜਾਂਦਾ ਕਿੱਦਾਂ ਕਵਾਂ ਫਿਰ ਮੀਟਰ ਲੰਮੀ ਜ਼ਬਾਨ ਕੱਢ ਕੇ ਗਈ ਆ ਆਖ ਮੈਨੂੰ ਚੁਬੜ ਰਹੀ ਸੀ ਉੱਤੋਂ ਰਾਤ ਰਹਿ ਸਾਡੇ ਘਰ ਪਤਾ ਮੈਂ ਰਾਤ ਕਿੱਦਾਂ ਕੱਢੀ ਆ ਆਈ ਵੱਡੀ ਚਲਾਕ ਮੈਂ ਕਹਿੰਦੀ ਗੱਡੀਆਂ ਤਾਂ ਬਿਨਾਂ ਜਾ ਹੀ ਨਹੀਂ ਸਕਦੀ ਉਹੋ ਜਿਹਾ ਤੂੰ ਚਾਬੀ ਪਈ ਆ ਲੈ ਜਾ ਉਹਨੇ ਆਪ ਥੋੜੀ ਮੰਗੀ ਹੈ ਮੈਂ ਕਿਹਾ ਲੈ ਜਾ ਮੋਟਰਸਾਈਕਲ ਲੈ ਗਿਆ ਮੇਰਾ ਦੋਸਤ ਤੇ ਜੇ ਗੱਡੀ ਲੈ ਗਏ ਤੇ ਗੱਡੀ ਕਾਫਰ ਆ ਗਈ ਨਾ ਆਖਰ ਕਿਉਂ ਨਹੀਂ ਆ ਗਈ ਉਹ ਮੇਰੀ ਬੇਇੱਜ਼ਤੀ ਕਰੇ ਤੇ ਤੂੰ ਉਹਨੂੰ ਗੱਡੀਆਂ ਦੇਵੇ ਮਹਾਰਾਣੀ ਨੂੰ ਤੇ ਗੱਡੀ ਚ ਬਹਿ ਕੇ ਜਾ ਤੇ ਤੋੜੀ ਕਾਲੀ ਆ ਉਹਨੂੰ ਵੀ ਨਾਲ ਲੈ ਕੇ ਚੜਾ ਕੇ ਹੈ ਸ਼ਰਮ ਦਾ ਘਾਟਾ ਉਦਾਂ ਤੇ ਬੜੀਆਂ ਨਾਮ ਨੂੰ ਗੱਲਾਂ ਕਰਦੀ ਆ ਤੇ ਨਾਲ ਦੀ ਗੱਡੀ ਚ ਬਹਿ ਕੇ ਜਾਂਦਾ ਫਿਰ ਸ਼ਰਮ ਨਾ ਹੀ ਮਸਾ ਮੰਮੀ ਉਹਨੇ ਨਵਦੀਪ ਨੂੰ ਕੁਝ ਨਹੀਂ ਕਿਹਾ ਕਿਹਾ ਭਲਾ ਇੱਥੇ ਮੀਟਰ ਲੰਮੀ ਜ਼ਬਾਨ ਚਲਾ ਕੇ ਗਈ ਆ ਨਾ ਤੂੰ ਤੇ ਸਾਡੇ ਵਾਲ ਦੀ ਗੱਲ ਕਰਨੀ ਨਾ ਭਾਈ ਤੈਨੂੰ ਤੇ ਆਦਤ ਪੈ ਗਈ ਆਪਣੀ ਮਾਂ ਦੀ ਬੇਇੱਜ਼ਤੀ ਕਰਾਉਣ ਦੀ ਮੰਮੀ ਜਿਹੜਾ ਸਹੀ ਇਹਨਾਂ ਨੂੰ ਸਹੀ ਕਹੋ ਤੁਸੀਂ ਉਹ ਗਲਤ ਹੋ ਕਿੱਥੇ ਗਲਤੀ ਹੈ ਮੈਂ ਦੱਸਦਾ ਮੈਨੂੰ ਜਰਾ ਕੀ ਹੋ ਗਿਆ ਮੰਮੀ ਹੁਣ ਕਿਹੜੀ ਗੱਲ ਦੇ ਉਹ ਲੜਨਾ ਉਹ ਸਣੀ ਗੱਡੀ ਲੈ ਗਿਆ ਜੀ ਇਸੇ ਗੱਲੋਂ ਡੇ ਨਹੀਂ ਆ ਸੁਣ ਲੈ ਭਲਾ ਫਿਰ ਕੀ ਹੋ ਗਿਆ ਕਿਉਂ ਲੈ ਕੇ ਗਏ ਨੇ ਉਹ ਗੱਡੀ ਕਿਉਂ ਨੋ ਦੀਪ ਕੀ ਗੱਲ ਮੈਨੂੰ ਦੇ ਕਿਸੇ ਨੇ ਪੁੱਛਿਆ ਨਹੀਂ ਹੈ ਮੇਰੀ ਮਰਜ਼ੀ ਤੇ ਬਗੈਰ ਹੀ ਲੈ ਕੇ ਗਏ ਅੱਛਾ ਹੁਣ ਤੈਨੂੰ ਪੁੱਛ ਕੇ ਚੀਜ਼ਾਂ ਵਰਤ ਗਈ ਤੇ ਹੋਰ ਪੁੱਛ ਕੇ ਨਹੀਂ ਵਰਤਣੀਆਂ ਮੇਰੀ ਸੁਣ ਲੈ ਗੱਲ ਚੁੱਪ ਕਰਕੇ ਬਹਿ ਜਾ ਅੱਜ ਇਹ ਗੱਲ ਕੀਤੀ ਗਾਂ ਤੋਂ ਨਾ ਕਹੀ ਤਾਂ ਕਿਉਂ ਨਾ ਕਰੇ ਉਹ ਘਰ ਆਣ ਕੇ ਹੜੀਆਂ ਬੇਇੱਜ਼ਤੀਆਂ ਕਰ ਤੇ ਉਹ ਹੜੀਆਂ ਗੱਡੀਆਂ ਦੇ ਬਹਿ ਬਹਿ ਜਾਣ ਤੇ ਤੂੰ ਬੜਾ ਸਿਆਣਾ ਵਾ ਆ ਸੁਣ ਲੈ ਕੁੜੀਏ ਉਹਨਾਂ ਖੜਨੀ ਨੂੰ ਕਿਹੜੀ ਗੱਲ ਨੂੰ ਖੜਨੀ ਜੋਨੇ ਦੀ ਖੜਨੀ ਨਾ ਆਪਣੀ ਲਓ ਤੇ ਉਹ ਖੜਨ ਮੇਰੀ ਉੱਥੇ ਲੱਗੀ ਰਹੋਗੀ ਭਾਵੇਂ ਕਿਤੇ ਵੀ ਨਾ ਜਾ ਉੱਥੇ ਪਈ ਸੜ ਗਲ ਜਾਏਗੀ ਉਹਨੂੰ ਹੱਥ ਨਹੀਂ ਲਾਉਣਾ ਫਿਰ ਜੇ ਗੱਲ ਤੇ ਆਏ ਹੋ ਇਦਾਂ ਕਰੀ
अपने मां प्यो नूं कई फोन ते उन्होंने कही ला जाओ इत्थों ते कर दांगे फोन मैं ते उन्होंने पहले ही कहया सी ना दो इत्थे टुटनी भजनी वी तो उन्होंने ते साडी सार नहीं हैगी ते जल्दी अपनी चीजां दे उन्होंने अही मंगी ही मंगी ही डर दो के बला सुनाउन फिर तुही केड़े सहाना दित्ती उन्होंने केड़े सहाना दित्ती जे नहीं मंगी गई सुन लिया जे आ सुन लिया साडी होना नहीं आ ताडी सह है मेरी सह ना तू ओदो क्यों दित्ती गड्डी ਨੇ ਤੇ ਤੇਰੇ ਕੋ ਸਾਡੇ ਚੜ ਜਾਣ ਰਿਹਾ ਵਾ ਨਹੀਂ ਜਦੋਂ ਉਹ ਇੰਨਾ ਬੋਲਦੀ ਉਦੋਂ ਤੁਸੀਂ ਉਹਨੂੰ ਕੁਝ ਕਹਿੰਦੇ ਨਹੀਂ ਤਾਂ ਵੀ ਤੁਸੀਂ ਮੇਰੇ ਦੁਆਲੇ ਹੁੰਦੇ ਹੋ ਤੂੰ ਬਕਵਾਸ ਬੰਦ ਕਰ ਮੈਂ ਚਪੇੜ ਮਾਰੂੰਗਾ ਮੈਂ ਬਕਵਾਸ ਚਪੇੜ ਮਾਰ ਕੇ ਦੇਖੋ ਤੁਸੀਂ ਕਿੰਨਾ ਦੇ ਚੜ ਜਾਣਦੇ ਹੋ ਤੁਸੀਂ ਚਪੇੜ ਮਾਰ ਕੇ ਕੁਝ ਕਹੀ ਦੇ ਨਹੀਂ ਤਾਂ ਮੈਂ ਮੇਰੀ ਸੁਣ ਲਾ ਬਾਦ ਇਹਨੂੰ ਕੋ ਚੁੱਪ ਕਰ ਜੇ ਨਹੀਂ ਚੁੱਪ ਕਰਨਾ ਮੈਂ ਉਹ ਕਿ ਤੈਨੂੰ ਚੁੱਪ ਕਰ ਦੇ ਮੈਂ ਚੁੱਪਾ ਲਾ ਹਾਂ ਨਾ ਮੈਂ ਗਲਤ ਕੀ ਕੀਤਾ ਹੈ ਗਲਤ ਕੀ ਕੀਤਾ ਜਦੋਂ ਉਹ ਅਗਲੇ ਗਲਤ ਕਰਦੇ ਉਹਨਾਂ ਨੂੰ ਤੁਸੀਂ ਕੁਝ ਕਹਿੰਦੇ ਨਹੀਂ ਮੇਰੇ ਦੁਆਲੇ ਬੜੀ ਸ਼ਕਤੀ ਨਹੀਂ ਮੇਰੀ ਚੀਜ਼ ਮੇਰੇ ਤੋਂ ਪੁੱਛੀ ਤਾਂ ਬਗੈਰ ਨਹੀਂ ਦੇਣੀ ਤੁਸੀਂ ਜੇ ਇਹ ਗੱਲ ਹੈ ਨਾ ਜਿੱਥੇ ਗੱਡੀ ਲੱਗੀ ਹੈ ਨਾ ਲੱਗੀ ਰਹੇਗੀ ਜੇ ਕਿਤੇ ਜਾਣਾ ਹੋਵੇ ਕਰੇਗਾ ਨਾ ਕਰੀ ਆਪਣੇ ਪਿਛਲੇ ਫੋਨ ਤੇ ਆ ਕੇ ਮੈਨੂੰ ਲੈ ਜਾਓ ਤੇ ਕਰ ਲਾਂਗੇ ਹੁਣ ਨਾ ਤੁਸੀਂ ਬਹੁਤਾ ਸਾਨ ਕਰਦੇ ਹੋ ਤੇ ਕਰਦੀ ਨਾ ਚਾਬੀ ਆਪਣੇ ਕਬਜ਼ੇ ਵਿੱਚ ਜਿਹੜਾ ਮੂੰਹ ਚੁੱਕ ਕੇ ਤੇ ਲੈ ਜਾਂਦਾ ਵਾ ਉੱਥੋਂ ਤੇ ਨਾਲੇ ਗੱਡੀ ਦੀ ਕੋਈ ਗੱਲ ਨਹੀਂ ਆ ਉਹਨੇ ਨੇ ਮੇਰੀ ਮਾਂ ਨੂੰ ਕਿੰਨੀਆਂ ਗੱਲਾਂ ਕੀਤੀਆਂ ਨੇ ਤੇ ਉਹ ਸਾਡੀਆਂ ਗੱਡੀਆਂ 'ਚ ਬਹਿ ਬਹਿ ਜਾਣ ਬੜਾ ਤੈਨੂੰ ਮਾਂ ਦਾ ਦੁੱਖ ਹੈ ਹਨਾ ਤੇ ਹੈਗਾ ਵਾ ਤੁਹਾਨੂੰ ਤੇ ਹੈ ਨਹੀਂ ਆ ਵਾਕਈ ਤੁਸੀਂ ਗੱਲ ਨਹੀਂ ਨਹੀਂ ਤੇ ਮੈਂ ਇਹਨਾਂ ਵੱਲ ਦੀ ਗੱਲ ਕਰਕੇ ਸੀ ਸਾਰਾ ਟੱਬਰ ਖਾਈ ਗਿਆ ਤੇਰਾ ਦਿਮਾਗ ਖਰਾਬ ਹੋ ਗਿਆ ਜਿਹੜਾ ਤੁਹਾਨੂੰ ਪਤਾ ਨਹੀਂ ਲੱਗਦਾ ਕਦੇ ਹੱਥ ਕਿਹੜਾ ਕਰਿਆ ਕਰੋ ਹੱਥ ਨਾ ਕਰਿਆ ਕਰ ਵੀਰਾ ਨੋ ਹੋ ਕੇ ਨਾ ਕਰਦੀ ਮੇਰਾ ਮੈਂ ਤਾਂ ਮੁੱਤ ਹੋ ਕੇ ਵੀ ਕਿਦਾਂ ਕਰਦਾ ਉਹ ਮੇਰੀ ਗੱਲ ਸੁਣੋ ਉਹ ਸਿਆਣੇ ਬਣਾ ਪਰੌਣੇ ਇਹਦੇ ਘਰੋਂ ਨਿਕਲੇ ਆ ਤੁਸੀਂ ਰੋਲੀ ਪਾਤੀ ਇਧਰੋਂ ਕੀ ਗੱਲ ਹੋਈ ਆ ਗੱਲ ਕੀ ਨਹੀਂ ਡੈਡੀ ਹਾਂ ਮੋਟਰਸਾਈਕਲ ਹੁਣ ਇੱਥੇ ਖਲੋ ਕਿਉਂ ਮੇਰੀ ਮਰਜ਼ੀ ਮੈਂ ਜਿੱਥੇ ਮਰਜ਼ੀ ਜਾਵਾਂ ਕੋ ਮੇਰੇ ਪੱਲੇ ਵੀ ਪਾਓ ਯਾਰ ਕੀ ਗੱਲ ਹੋਈ ਆ ਉਹ ਮੋਟਰਸਾਈਕਲ ਆ ਗਿਆ ਮੇਰਾ ਦੋਸਤ ਆਹੋ ਤੂੰ ਮਾਸੀ ਨੂੰ ਛੱਡਣ ਜਾਣਾ ਸੀ ਸਣੀ ਨੇ ਆਹੋ ਆਂਦਾ ਮੋਟਰਸਾਈਕਲ ਮੈਂ ਕਿਹਾ ਲੈ ਗਿਆ ਤੂੰ ਗੱਡੀ ਲੈ ਜਾ ਆਹਾ ਆਂਦੇ ਆ ਵੀ ਗੱਡੀ ਕਿਉਂ ਨੇ ਖੜੀ ਸੀ ਲੈ ਦੱਸ ਉਹ ਚੀਜ਼ਾਂ ਮਰਸਨ ਨੂੰ ਘਰ ਦੀਆਂ ਚੀਜ਼ਾਂ ਸੱਚ ਮਾਰਨਾ ਤੇ ਰੱਖੀਆਂ ਵਾ ਸੱਚ ਮਾਰਨ ਦਾ ਮਤਲਬ ਨਹੀਂਗਾ ਉਹਨੇ ਆ ਕੇ ਸਾਡੀ ਥੋੜੇ ਥੋੜੇ ਬੇਇੱਜ਼ਤੀ ਕੀਤੀ ਤੇ ਹੁਣ ਗੱਡੀਆਂ ਨੇ ਚੜ ਚੜ ਕੇ ਜਾਵੇ ਨਾ ਤੁਸੀਂ ਉਹਨੂੰ ਕੁਝ ਨਹੀਂ ਕਿਹਾ ਤੂੰ ਹਨਾ ਵੀ ਮੈਂ ਵੀ ਕਿਹਾ ਇਹ ਕਿੰਨੀ ਕੁ ਬਦਲੀ ਹੈ ਹੈ ਅੱਛਾ ਇਹ ਘਰ ਵਾਲੀ ਬੇਇੱਜ਼ਤੀ ਕਰਦੀ ਵੇਖੋ ਇਹਦੇ ਗਾਲੀ ਕੋਹ ਨਾ ਪਿਆ ਹੋ ਪਹਿਲੇ ਹਾਂ ਮੈਂ ਕੀ ਕਰਦਾ ਸਾਰੇ ਸਿਆਪੇ ਮੇਰੇ ਉੱਤੇ ਆ ਅਗਲੀ ਅੱਖਾਂ ਕੱਢ ਕੇ ਗਈ ਮੇਰੇ ਵੱਲ ਐਨੀ ਮੇਰੇ ਬੇਇੱਜ਼ਤੀ ਕਰ ਗਈ ਤੇ ਮੈਂ ਫੇਰ ਮਾੜੀ ਦੀ ਮਾੜੀ ਰਹਿ ਗਈ ਮੈਂ ਨਾ ਮੇਰੇ ਲਾਭ ਚੰਗੀ ਤੇ ਨਾ ਮੇਰਾ ਖਸਮ ਚੰਗਾ ਮੇਰੀ ਗੱਲ ਸੁਣ ਜੀ ਉਹਨੇ ਅੱਖਾਂ ਕੱਢੀਆਂ ਤੇ ਪਿੱਛੇ ਰਹਿਣੀ ਹੋ ਗਈ ਨਾ ਮੈਂ ਨਹੀਂ ਅੱਖਾਂ ਕੱਢੀਆਂ ਕਿਸੇ ਨੂੰ ਹਾਂ ਸਾਰੇ ਗੱਲ ਗਲਤ ਤੁਸੀਂ ਸਹੀ ਆ ਬਸ ਗੱਲੇ ਤੇ ਮੈਂ ਤੈਨੂੰ ਕੁਛ ਕਿਹਾ ਖੱਤਿਆ ਬੈਠੇ ਖੋਤੀ ਸੀਗੀ ਮੈਂ ਤੈਨੂੰ ਕਿਹਾ ਨਾ ਦੇ ਚਾਬੀ ਮੰਮਾ ਤਾਂ ਮੇਰਾ ਕਹਿੰਦਾ ਫਰਜ਼ ਹੀ ਨਾ ਮੇਰਾ ਜੀ ਕਰ ਉਹ ਕਿੰਨਾ ਇਹ ਵੀ ਵੀ ਗੱਲਾਂ ਕਰਦੀ ਫਿਰਦੀ ਆ ਕੀ ਆ ਤੁਹਾਡਾ ਵੀ ਕੋਈ ਬਣ ਆ ਆ ਆ ਤੂੰ ਕਿਹਾ ਨਹੀਂ ਤਰਾ ਹੈ ਕੰਮ ਮੁੱਕੂਗਾ ਇਧਰ ਚੇ ਪਾਣੀ ਚਾ ਇਧਰ ਚੇ 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 ਗੱਲ ਹੈ चुप कर दे तू आस बंद कर अपनी मैं चुपी आ कोठे ते चढ़ जो चढ़ जो यार सारे ये मैं समझाता तू कोठे चढ़ जो जे तू चुप कीते रहंदा फिर ना गड्डी दिंदा ना खत्या ते ना पे एदी कड़ी जबान घट भाई यार मम्मी तू ही भी नहीं हट दे ਕੋਈ ਨਹੀਂ ਪੁੱਤ ਮਰ ਜਾਣਾ ਮੈਂ ਪੈ ਜਾ ਤਾਂ ਠੰਡ ਆ ਗਈ ਨਹੀਂ ਦਵਾਈ ਹੁਣ ਮੈਂ ਆ ਤੈਨੂੰ ਮੈਂ ਕੋਲ ਓ ਯਾਰ ਤੂੰ ਪਤਾ ਨਹੀਂ ਯਾਰ ਕਰਦੀ ਕੀ ਫਿਰ ਧੋਕੇ ਮਾਰਦੀ ਯਾਰ ਗਾਲੀਆਂ ਓ ਜਾ ਮੰਮੀ ਅੰਦਰ ਤੁਸੀਂ ਸੱਤ ਪੜੇ ਜਿਹੜੇ ਸੱਤ ਪੜਾ ਤੇਰਾ ਵਾ ਚੁੱਪ ਕਰ ਕੇ ਨਾ ਚੱਕਰ ਪਸਾ ਕਰ ਚੱਲ ਜੂਗੀ ਚੱਲ ਜੂਗੀ ਓ ਜਾ ਅੰਦਰ ਬਾਬਾ ਇੱਕ ਜਾਣੇ ਚੁੱਪ ਹੋ ਜਾਓ ਇੱਕ ਜਾਣਾ ਚੁੱਪ ਹੋ ਜਾਓ ਗਾਲੀ ਮਿਲਦੀ ਆ ਮਾੜੇ ਸਾਰੇ ਪਾ ਕੇ ਤੂੰ ਚੁੱਪ ਕਰਾਂਦਾ ਫਿਰਦਾ ਵਿੱਚ ਤੂੰ ਜਾਣਾ ਤਾਂ ਵੇ ਹੋ ਫਿਰ ਆਵਾ ਫੇਰ ਮੇਰੀ ਸੁਣੋ ਗੱਲ ਗੱਡੀ ਆਉਂਦੀ ਹੈ ਨਾ ਜਿੱਥੋਂ ਆਈ ਉੱਥੇ ਲਾ ਕੇ ਆਓ ਮੈਂ ਜੇ ਅੰਦਰ ਵੜਨ ਦੇਣੀ ਹੈਗੀ ਉਹ ਭਰਾ ਜਿਸ ਤਰ੍ਹਾਂ ਮਰਜ਼ੀ ਕਰ ਲਿਓ ਤੁਹਾਡੇ ਉਹਨਾਂ ਦਿੱਤੀ ਆ ਤੁਸੀਂ ਵੇਖੋ ਮੈਂ ਨਹੀਂ ਜਾਣਾ ਉੱਥੇ ਹੁਣ ਮੈਨੂੰ ਨਹੀਂ ਭਰਾ ਪਤਾ ਆਪਣੇ ਨਾਲ ਦੀ ਨੂੰ ਪੁੱਛ ਵੀ ਗੱਡੀ ਕਿੱਥੇ ਲਾਉਣੀ ਹੈ ਮੁੜ ਕੇ ਮੇਰੇ ਭਾ ਦਾ ਸਿਆਪਾ ਪੈ ਜਾਣਾ ਵਾ ਨਾ ਯਾ ਗੱਲ ਹੋਈ ਤੇ ਆ ਹੋਈ ਦਵਾ ਕਰੋ ਫਿਰ ਆ ਜਿੰਨੀ ਸਾਡੇ ਘਰ ਕੋ ਪਾਤੇ ਚੱਲਣ ਦਿਆ ਨਾ ਮੇਰੇ ਸਾਨੂੰ ਉਹ ਇੱਕ ਦਾ ਜੀ ਮਰ ਜਾਣਾ ਇੱਥੇ ਉਹ ਤੁਸੀਂ ਚੁੱਪ ਕਰ ਜਾ ਹੁਣ ਜਾਓ ਅੰਦਰ ਜਾ ਕੇ ਹੈ ਕਿੱਥੇ ਜੀ ਮੈਂ ਮਾਰਾਂ ਡਾਕਾਂ ਦੇ ਲੱਗ ਛੱਡੋ ਫਰਾਂ ਹੁਣ चाबी रख लिया अपने कब्जे आराम बैठी लड़ाई पा गए मैं गल लड़ाई पाई लड़ने तुसी गए हो पहला ना जी डे गल करन तेरा भी मतलब बनदा है जान दा क्यों मेरा क्यों नहीं मतलब बनदा ਉਹਦਾ ਖਾਲੀ ਦਾ ਮਤਲਬ ਬਣਦਾ ਵਾ ਕਿ ਉਹ ਵਿੱਚ ਵਿੱਚ ਆਣ ਕੇ ਲੜਾਈਆਂ ਪਾਵੇ ਬਕਵਾਸ ਬੰਦ ਕਰ ਸਾਡੀ ਬੋਲਣ ਦੀ ਕੋਈ ਲੋੜ ਹੀ ਨਹੀਂ ਆਹੋ ਤੇਰ ਤੋਂ ਵੱਡੀ ਹੈ ਵੀ ਬੰਦ ਕਰ ਤੇਰਾ ਜਿਕਰ ਤਾਂ ਚੱਪੇ ਉੱਡ ਮਾਰਾਂ ਤੇਰੀ ਬੂਤ ਰੱਖ ਤੇ ਮਾਰ ਕੇ ਤੇ ਇੱਕ ਮੇੜ
ਮਾਰੋ ਤੇ ਸਹੀ ਜੀ ਹਿੰਮਤ ਹੈਗੀ ਹੈ ਤੇ ਮੈਂ ਛੱਡ ਵੀ ਦੇਣੀ ਹੈ ਛੱਡ ਵਧੀ ਜਾਣੀ ਹੈ ਕਹਿਣ ਹੀ ਵਾਲੇ ਹੋ ਛੱਡ ਕੇ ਦਿਖਾਇਆ ਹਾਂ ਇਧਰ ਗੱਡੀ ਆਉਂਦੀ ਹੈ ਨਾ ਆਪਣੇ ਘਰ ਭਰਾ ਨੂੰ ਫੋਨ ਕਿ ਆਣ ਕੇ ਲੈ ਜੇ ਮੈਂ ਨਹੀਂ ਹੱਥ ਲਾਉਣਾ ਉਹਨੂੰ ਨਾ ਲੈ ਨਾ ਮੈਂ ਗੇਟੋਂ ਅੰਦਰ ਆਉਣ ਦੇਣੀ ਆ ਉਹ ਨਹੀਂ ਦੇਣੀ ਅੰਦਰ ਤੁਸੀਂ ਫਿਰ ਮੈਨੂੰ ਵੀ ਕੱਢ ਦਿਓ ਇੱਥੋਂ ਜਾ ਮੈਂ ਵੀ ਚੱਲ ਜਾਂਦੀ ਜਿੰਨੇ ਜਾਣਾ ਨਾ ਜੀ ਸਦਕੇ ਜਾਏ ਮੈਨੂੰ ਨੂੰ ਕੋਈ ਫਰਕ ਪੈਂਦਾ ਤੇਰੀ ਕਿੰਨੀ ਇੱਜ਼ਤ ਕੀਤੀ ਤੈਨੂੰ ਉਦਾਂ ਕਰਾਉਣੀ ਨਹੀਂ ਆਉਂਦੀ ਸਵਾਹ ਕੀਤੀ ਜਿੱਤ ਦੀ ਇੱਜ਼ਤ ਤੇ ਤੁਹਾਡਾ ਭਰਾ ਕਰਦਾ ਵਾ ਨਾ ਉਹਦੀ ਅਕਲ ਨਾ ਸ਼ਕਲ ਉਹਦੇ ਪਿੱਛੇ ਪਿੱਛੇ ਤੁਰਿਆ ਕਰਦਾ ਤੇ ਤੁਸੀਂ ਉਹ ਤੇਰੇ ਵਾਂਗੂ ਬਕਵਾਸ ਨੇ ਨਾ ਕਰਦੀ ਕਿਉਂ ਨਹੀਂ ਕਰਦੀ ਬਕਵਾਸ ਉਹ ਜਿੰਨੀ ਉਹ ਕਰਦੀ ਉਸ ਤੋਂ ਬਾਅਦ ਤੇ ਕੋਈ ਕਰਦਾ ਹੀ ਨਹੀਂ ਹੈ ਕੀ ਤੈਨੂੰ ਨਾ ਮਾਰਦੀ ਹੈ ਲੜਾਈ ਪਾ ਕੇ ਦੇ ਗਾਂ ਜਾਂਦੀ ਮੰਮੀ ਡੈਡੀ ਚ ਉਹ ਲੜਾਈ ਪਾ ਛੱਡਦੀ ਸਾਡੇ ਦੋਵਾਂ ਜੀਆਂ ਚ ਉਹ ਲੜਾਈ ਪਾ ਛੱਡਦੀ ਤੇ ਫਿਰ ਵੀ ਉਹ ਚੰਗੀ ਤੇ ਹੀ ਮਾੜੇ ਹੋਗੇ ਹੁਣ ਮੈਂ ਤੈਨੂੰ ਕੁਝ ਕਿਹਾ ਸੀ ਕੁਝ ਜਾ ਕੇ ਲੈਣੀ ਹੈ ਤੇ ਮੈਂ ਤੇ ਪੁੱਛਿਆ ਸੀ ਵੀ ਕੀ ਗੱਲ ਹੋਈ ਹੈ ਤੇ ਤੁਹਾਡਾ ਕਿੱਦਾਂ ਫਰਜ਼ ਬਣਿਆ ਕਿ ਤੁਸੀਂ ਉਹਨਾਂ ਨੂੰ ਚਾਬੀ ਦੋ ਆਲਾ ਵੀ ਲੈ ਜਾਓ ਗੱਡੀ ਚ ਚੱਲ ਜਾਓ ਤੁਸੀਂ ਫਿਰ ਦੇਣੀ ਨਹੀਂ ਜੇ ਇਹ ਗੱਲ ਨਹੀਂ ਚੀਜ਼ਾਂ ਨੂੰ ਪਿਆਰ ਕਰਦੇ ਹੋ ਤੇ ਕਰਨਾ ਨੀ ਆਹੋ ਜਿੱਦਾਂ ਕਿਸੇ ਨੇ ਕੁਝ ਵੇਖਿਆ ਨੀ ਹੁੰਦਾ ਤੇ ਤੁਹਾਡੇ ਦਾ ਉਹ ਹਿਸਾਬ ਹੀ ਆ ਕਹਿੰਦੇ ਬੜਾ ਕੁਝ ਹੈ ਤੇ ਤੁਹਾਡੇ ਕੋਲ ਕੁਝ ਨੀ ਲੜਾਈ ਤੋਂ ਸਿਵਾਏ ਜਦੋਂ ਦੀ ਇੱਥੇ ਮੈਂ ਆਈ ਆ ਬਸ ਲੜਾਈ 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 ਵੇਖਾਂਗੀ ਆ ਉਹ ਕਿਉਂ ਕੀ ਨਹੀਂ ਹੈਗਾ ਸਾਡੇ ਕੋਲ ਜੇ ਸਭ ਕੁਝ ਹੈਗਾ ਤੇ ਤਾਂ ਤੇਰੇ ਮਾਂ ਪਿਓ ਨੇ ਇੱਥੇ ਤੈਨੂੰ ਵਿਆਹ ਆਹੋ ਇਹੋ ਜਿਹੀਆਂ ਗੱਡੀਆਂ 20 ਲਿਆਦੀ ਆਹੋ ਮੇਰੀ ਸੁਣ ਲੈ ਗੱਲ ਤੂੰ ਬਲਦੀ ਦਾ ਨਾ ਤੇਲ ਘੱਟ ਪਾਇਆ ਕਰ ਜੇ ਕੁਝ ਹੋ ਗਿਆ ਨਾ ਮੈਂ ਛੱਡਣਾ ਨੀ ਤੁਹਾਨੂੰ ਡੈਡੀ ਲੱਗਾ ਸੀ ਮੰਮੀ ਨੂੰ ਦਵਾਈ ਪਿਆਉਣ ਮੰਮੀ ਨੂੰ ਡਰਾ ਦਿੰਦੀ ਮੈਂ ਦਵਾਈ ਪੀ ਲੈਣੀ ਇੱਕ ਤੇ ਮਰਨ ਦੇ ਬੜੇ ਨਾਟਕ ਕਰਦੀ ਹੈ ਵੀ ਤੇ ਤੂੰ ਥੋੜੀ ਜਿਹੀ ਸਪੋਰਟ ਘੱਟ ਕਰਿਆ ਕਰ ਤੂੰ ਸਹੀ ਨੇ ਤੇ ਉਹਨਾਂ ਦੀ ਸਪੋਰਟ ਕਰਨੀ ਹੋਰ ਤੁਹਾਡੀ ਕਰ ਜਿਹੜੇ ਭਾਬੀ ਦੇ ਚਮਚੇ ਬੜੇ ਫਿਰਦੇ ਨੇ ਤੇ ਡੈਡੀ ਵੱਡੀ ਨੂੰ ਉਹਦੇ ਗੁਣ ਗਾਉਂਦੇ ਰਹਿੰਦੇ ਆ ਅਸੀਂ ਤੇ ਘਰ ਵਿੱਚ ਤੁਹਾਨੂੰ ਦਿਖਦੇ ਨਹੀਂ ਆ ਬੱਲੇ ਤੇਰੇ ਬੱਲੇ ਤੇਰੇ ਅੱਗੇ ਤੋਂ ਘਰ ਦੇ ਮਾਮਲੇ 'ਚ ਤੂੰ ਨਹੀਂ ਹੋਣਾ ਠੀਕ ਹੈ ਕਿਉਂ ਨਹੀਂ ਹੋਣਾ ਉਂਗਲ ਜੀ ਨਾ ਮੇਰਾ ਵਿਖਾਇਆ ਕਰੋ ਜੇ ਨਹੀਂ ਤੇ ਮੈਂ ਚੰਗਾ ਰਹਾਂ ਆਹੋ ਜਾਓ ਚੱਲ ਜੋ ਨੀਚੇ ਕਿਨਾਂ ਨਾਲ ਤੇ ਨਾ ਰਹੋ ਮੈਨੂੰ ਆਣ ਕੇ ਕੁਛ ਕਿਹਾ ਵੀ ਨਾ ਕਰੋ ਆਣ ਕੇ ਤੇ ਮੇਰੇ ਦਿਵਾਲੀ ਹੋ ਜਾਂਦੀ ਹੈ ਮੇਰੀ ਤਾਂ ਮੇਰੀ ਕਿਸਮਤ ਇਦਾਂ ਦੀ ਹੈ ਜਿਹੜਾ ਨਿਕਲ ਹੋ ਮੇਰੇ ਦਿਵਾਲੀ ਹੋ ਜਾਂਦਾ ਮੰਮੀ ਕੀ ਹੋਇਆ ਵਰੋਂ ਕਤੜੀ ਤੀ ਤੈਨੂੰ ਕੀ ਲੱਗਿਆ ਤੇਰੀ ਮਾਂ ਮਰੇ ਜਾਂ ਜੀਵੇ ਜਾਂ ਦਫਾ ਜਾ ਮੇਰੇ ਨਾਲ ਤੂੰ ਵੀ ਹਾਏ ਹਾਏ ਮੰਮੀ ਮੈਂ ਅੱਜ 2 ਮਿੰਟ ਚਾਚੀ ਘਰ ਚਲ ਗਈ ਹਾਂ ਕੀ ਹੋਇਆ ਦੱਸੋ ਤੁਸੀਂ ਮੈਂ ਚਾਚੀ ਘਰ ਕਿ ਲੰਘ ਗਈ ਸਵੇਰੇ ਸਵੇਰੇ ਤੂੰ ਤੇਰੀ ਸ਼ਰਮ ਨਹੀਂ ਆਉਂਦੀ ਤੈਨੂੰ ਨਹੀਂ ਪਤਾ ਆਪਣੀ ਮਾਂ ਲਾ ਕੇ ਰਿਹਾ ਕਰਾਂ ਮਾਂ ਭਾਵੇਂ ਮਰ ਜੇ ਆਉਂਦਿਆਂ ਨੂੰ ਤੂੰ ਚਾਚੀ ਘਰ ਫਿਰ ਲਾ ਮੰਮੀ ਦੱਸ ਤੁਸੀਂ ਕੀ ਹੋਇਆ ਵਾ ਡਰਾਈ ਜਾਣ ਦੇ ਮੈਨੂੰ ਦੱਸ ਕੀ ਹੋਇਆ ਵਾ ਹੋਣਾ ਕੀ ਆ ਸਾਰਾ ਟੱਬਰ ਮੇਰੀ ਬੇਇੱਜ਼ਤੀ ਕਰਦਾ ਉੱਤੋਂ ਤੇਰਾ ਪਿਓ ਜਿਹੜਾ ਬੋਲਣ ਲੱਗਾ ਵੇਂਦਾ ਕੁਛ ਨੀਗਾ ਮੰਮੀ ਡੈਡੀ ਤੇ ਉੱਦਾਂ ਹੀ ਅੱਜ ਕੱਲ੍ਹ ਜ਼ਿਆਦਾ ਹੀ ਕੁਛ ਬਣੇ ਫਿਰਦੇ ਆ ਕੀ ਗੱਲ ਕੀ ਕਿਹਾ ਹੁਣ ਡੈਡੀ ਨੇ ਤੁਹਾਨੂੰ ਗੱਲ ਕਾਹਦੀ ਹੋਣੀ ਉਹ ਸਿਆਪਾ ਉਤਰਾ ਸਾਰਾ ਉਹਦਾ ਉਹਦੀ ਮਾਂ ਦਾ ਤੇ ਕਾਲੀ ਦਾ ਕਿੱਥੇ ਆ ਕਾਲੋ ਮੈਂ ਇਹਦਾ ਨੱਕ ਭੰਨਾ ਜਾ ਕੇ ਚਵਲ ਦਾ ਨਹੀਂ ਉਹ ਤੇ ਗੱਡੀਆਂ ਤੇ ਸੈਰਾ ਕਰਨ ਦੀ ਉਹਨੂੰ ਗੁਲਾਬੀ ਫਿਰਦੀ ਆ ਉਤੋਂ ਸਿਆਪੇ ਪਏ ਸਾਰੇ ਆੜਾ ਪਿੰਦਰ ਹੀ ਉਹ ਭਰਾ ਤੇਰਾ ਆਪਣੀ ਗੱਡੀ ਦੀ ਚਾਬੀ ਫਟਾਫਟ ਕੱਢ ਕੇ ਫੜਾਤੀ ਆ ਤੇ ਆ ਲੈ ਆਪਣੀ ਮਾਂ ਨੂੰ ਲੈ ਜਾ ਤੇ ਛੱਡਿਆ ਉੱਥੇ ਜਾ ਕੇ ਤੇ ਮਾਂ ਨੂੰ ਮੋਟਰਸਾਈਕਲ ਨਹੀਂ ਰੱਬ ਦਾ ਨਾ ਤੇ ਗੱਡੀਆਂ ਤੇ ਚੜੀ ਫਿਰਦੀ ਸੀ ਨਾ ਇਸੇ ਗੱਲ ਤੱਕ ਪੱਤ ਪਿਆਈ ਉਹ ਫਿਰ ਮੈਂ ਹਾਰ ਕੇ ਤੇਰੇ ਪਿਓ ਨੂੰ ਕਹਿਤਾ ਵੀ ਮੈਂ ਕੁਛ ਖਾ ਕੇ ਮਰ ਜਾਣਾ ਵਾ ਫੜ ਕੇ ਮੇਰੀ ਬਾਹ ਧੂ ਕੇ ਲੈ ਗਿਆ ਰਾਤ ਤੇਰੇ ਮੂੰਹ ਚ ਪਾਵਾਂ ਮੰਮੀ ਤੂੰ ਕੀ ਚਾਚੀ ਘਰ ਰਹਿ ਜਾਣਾ ਤੇ ਮਾਂ ਨੂੰ ਮਰ ਜਾਣੀ ਤੂੰ ਗੱਲ ਤੋਂ ਖਾ ਕੇ ਮਰਨਾ ਆਉਂਦੀ ਐ ਤੇ ਕਰਦੀ ਐ ਨਾ ਮੈਂ ਇਹਨੂੰ ਹੋਲੀ ਜੇ ਤੱਕ ਕਾਦੀ ਗੱਲ ਕਰਦੀ ਗੱਡੀਆਂ ਤੇ ਜਾਂਦੀ ਫਿਰਦੀ ਐ ਤੂੰ ਐਵੇਂ ਕੁਛ ਖਾ ਕੇ ਮਰ ਜਾਣਾ ਕੀ ਕਰਾਂ ਫਿਰ ਮੈਂ ਜਿੱਦਣ ਦੀ ਵਿਆਹੀ ਐ ਘਰ ਚ ਆਈ ਕੜਾ ਹੀ ਪਾਤੀ ਨੇ ਫੜ ਕੇ ਨਾ ਜਿੰਦੀ ਨਾ ਜੀਣ ਦਿੰਦੀ ਹੋਣੀ ਕਿਹ ਥਾਂ ਦੀ ਮੰਮੀ ਡੈਡੀ ਤੇ ਹੱਡੀ ਵੀ ਨਹੀਂ ਸੁਣਦੇ ਨੇ ਕੀ ਕਰਾਂ ਮੈਂ ਦੱਸ ਹੁਣ ਮੇਰੀ ਗੱਲ ਸੁਣ ਗੱਡੀ ਜਿਹੜੀ ਨਾਮ ਤੇ ਦਾਜਦੀ ਆ ਜਦੋਂ ਨਾਮ ਨੇ ਇੰਨੀਆਂ ਗੱਲਾਂ ਕਰਦੀ ਆ ਟਕੇ ਟਕੇ ਦੇ ਜਵਾਬ ਦਿੰਦੀ ਆ ਫਿਰ ਉਹਦੀ ਗੱਡੀ ਤੇ ਕਿਦਾਂ ਚੜ ਕੇ ਜਾਂਦੀ ਆ ਜਿੱਡਾ ਨੱਕ ਆ ਉਹਨਾਂ ਦਾ ਨੰਗਾ ਦਾ ਤੇ ਆਪਣੀ ਧੀ ਨੂੰ ਗੱਡੀ ਦੇ ਦੇਣ ਮੰਮੀ ਨਾ ਭਾਬੀ ਨੇ ਨੀ ਕੁਛ ਕਿਹਾ ਫਿਰ ਉਹਨਾਂ ਨੂੰ ਨਾ ਵੀ ਤੇ ਰੱਖ ਪੀਆ ਕੇ ਆੜਾ ਪਿੰਦਰ ਵਾਲ ਖੱਤਾ ਤੇ ਹੱਥੀ ਪੈਣ ਤੱਕ ਗਿਆ ਉਹਦੇ ਤੇਰੇ ਮੈਂ ਚਪੇੜ ਮਾਰਨੀ ਆ ਤੇਰੇ ਮੈਂ ਆਹ ਕਰਨਾ ਵਾ ਤੈਨੂੰ ਕੀ ਪਤਾ ਵਾ ਤੂੰ ਦਫਾ ਹੋਈ ਆ ਕਰ ਸਵੇਰੇ ਸਵੇਰੇ ਮੰਮੀ ਫਿਰ ਕੀ ਹੋਇਆ ਮੈਂ ਚਲ ਗਈ ਘੜੀ ਦੀ ਘੜੀ ਮੈਂ ਕਿੰਨੇ ਦਿਨਾਂ ਬਾਅਦ ਗਈ ਆ ਚੱਲ ਚੁੱਪ ਕਰੋ ਹੁਣ ਤੁਸੀਂ ਨਾ ਰੋ ਮੰਮੀ ਕਮ ਸੇ ਕਮ ਬੰਦਾ ਆਪਣੇ ਘਰ ਦੇ ਹਾਲਾਤ ਤੇ ਵੇਖੇ ਤੇ ਕੀ ਹਾਲਾਤ ਆ ਸਾਡੇ ਘਰ ਦੇ ਨਿਕਲ ਜਾਏਗੀ ਦਵਾ ਦਵ ਤੂੰ ਵੀ ਚੱਲ ਮੰਮੀ ਚੁੱਪ ਕਰ ਆਉਂਦੀ ਆ ਨਾ ਇਹਨੂੰ ਦੱਸ ਦੇ ਕਾਲੋ ਜੇ ਇਹਨੂੰ ਕਰਦੀ ਕੀ ਆ ਮੇਰਾ ਸਿਰ ਪਾਟਣ ਡਿਆ ਉਤਰਾ ਕਿਤੇ ਸੋਚ ਸੋਚ ਕੇ ਵੀ ਕੀ ਪੜ ਡਿਆ ਵੇ ਮੇਰਾ ਪਾਣੀ ਲੈ ਕੇ ਦਿੰਦੀ ਮੰਮੀ ਚੁੱਪ ਕਰੋ ਰੋਣਾ ਨਹੀਂ ਮੈਂ ਪਾਣੀ ਲਿਉਣੀ ਆ ਰੋਵਾਂ ਨਾ ਤੇ ਕੀ ਕਰਾਂ ਤੁਹਾਡੇ ਦੀ ਜੜ ਉਤਰੀ ਕਿੱਥੋਂ ਸਾਡੇ ਘਰ ਆ ਗਈ ਆ ਮੰਮੀ ਆਲੋ ਪਾਣੀ ਪੀਓ ਤੁਸੀਂ ਹਾਂ ਇੱਦਾਂ ਨਾ ਮੰਮੀ ਕਰਿਆ ਕਰੋ ਕੀ ਕਰਾਂ ਪੁੱਤ
ਤੇਰਾ ਪਿਓ ਪਤਾ ਮੈਨੂੰ ਬਾਹ ਫੜ ਕੇ ਲੈ ਗਿਆ ਤੂੰ ਕੇ ਜੇ ਕਿਤੇ ਲੱਗ ਗਿਆ ਦਵਾਈ ਹੁੰਦੀ ਨਾ ਸੱਚੀ ਮੇਰੇ ਮੂੰਹ ਚ ਪਾ ਦੇਣੀ ਸੀਗੀ ਮੈਂ ਤਾਂ ਡਰਾਵਾ ਦਿੱਤਾ ਸੀਗਾ ਮੈਂ ਕਿਹੜਾ ਸੱਚੀ ਖਾਣ ਲੱਗੀ ਸੀਗੀ ਮੰਮੀ ਤੂੰ ਇੱਦਾਂ ਨਾ ਡੈਡੀ ਸਾਹਮਣੇ ਕਰਿਆ ਕਰੋ ਤੁਹਾਨੂੰ ਪਤਾ ਡੈਡੀ ਦੇ ਗੁੱਸੇ ਦਾ ਕਿੱਦਾਂ ਦੇ ਆ ਡੈਡੀ ਕਰਨ ਤੇ ਸ਼ਰਮ ਹੀ ਹਟਗੀ ਮਾਸਾ ਨੌਂ ਧੀਆਂ ਨੀ ਵੇਂਦਾ ਕਿਤੇ ਹੈ ਮੇਰੀ ਬੇਇੱਜ਼ਤੀ ਕਰਨ ਲੱਗਾ ਮਿੰਟ ਲਾਉਂਦਾ ਤੂੰ ਨਾ ਜਾਇਆ ਕਰ ਕਿਤੇ ਇੱਕ ਤੂੰ ਹੀ ਤੇ ਮੇਰੇ ਵੱਲ ਦੀ ਗੱਲ ਕਰਦੀ ਨਹੀਂ ਮੰਮੀ ਮੈਂ ਨਹੀਂ ਹੁਣ ਜਾਂਦੀ ਮੈਨੂੰ ਪਤਾ ਮੰਮੀ ਮੈਂ ਕਾਲਜ ਹੀ ਜਾਣਾ ਹੁੰਦਾ ਬਸ ਉਹ ਵੀ ਛੁੱਟੀ ਕਰਕੇ ਨਹੀਂ ਗਈ ਮੈਂ ਇੱਕ ਨਾ ਵੀ ਚੰਗੀ ਉਹ ਵੀ ਮੇਰੇ ਵੱਲ ਦੀ ਗੱਲ ਕਰਦੀ ਹੈ ਤੇ ਜਿਹੜੇ ਪੋਤੀ ਉਹਨੂੰ ਖੱਤੇ ਉਹ ਨਹੀਂ ਉਹ ਮੇਰੇ ਵੱਲ ਦੀ ਗੱਲ ਕਰਦੀ ਹੁਣ ਨਾ ਭਾਬੀ ਕਿੱਥੇ ਮੰਮੀ ਆਪਣੇ ਕਮਰੇ ਚ ਵਾ ਕੋਈ ਹਾਲ ਨੀ ਮੰਮੀ ਸਾਡੇ ਘਰ ਦਾ ਤੇ ਹੁਣ ਨਾ ਜਾਵੀ ਕਿਸੇ ਦੇ ਘਰ ਨਹੀਂ ਜਾਂਦੀ ਹੁਣ ਮੰਮੀ ਮੈਂ ਤੁਸੀਂ ਨਾ ਇੱਦਾਂ ਕਰੋ ਘਬਰਾਹਟ ਹੋਣੀ ਫਿਰ ਤੁਸੀਂ ਇੱਦਾਂ ਕਰ ਜਾਂ ਕੱਪ ਚਾਹ ਦਾ ਬਣਾ ਮੇਰਾ ਤਾਂ ਸਿਰ ਹੀ ਪੱਟੀ ਜਾਂਦਾ ਬਣਾਉਣੀ ਮੰਮੀ ਮੈਂ ਨਾਲੇ ਇੱਕ ਗੋਲੀ ਦੇ ਦੇ ਸਿਰ ਪੀਣ ਦੀ ਲਿਆ ਕੇ ਨਹੀਂ ਮੈਂ ਉਹ ਜਿੱਥੇ ਕੁੜੀ ਚੰਗੀ ਹੈ ਵਿਚਾਰੀ ਅੱਗੇ ਪਿੱਛੇ ਫੈਬੀ ਰਹਿੰਦੀ ਹੈ ਜਿੱਦਣ ਇਹਦਾ ਵਿਆਹ ਕਰਤਾ ਉਦੋਂ ਮੈਂ ਕੀ ਕਰੂੰਗੀ